ਜੀ ਸਾਸਤਰੀ ਗੱਲ ਜੀ ਮੇਰੇ ਚੈਨਲ ਸਟੱਡੀ ਬਾਈ ਹਰਪ੍ਰੀਤ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸ਼ਾਸਨ ਜੱਜ ਬਠਿੰਡਾ ਵੱਲੋਂ ਇੱਕ ਨੋਟਿਸ ਆਊਟ ਕੀਤਾ ਗਿਆ ਜੀ ਜੋ ਆਪਣਾ ਹੈਗਾ ਇੰਟਰਵਿਊ ਸ਼ਡਿਊਲ ਠੀਕ ਹੈ ਇੰਟਰਵਿਊ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਬਹੁਤ ਸਾਰੇ ਕਮੈਂਟ ਆ ਰਹੇ ਸੀ ਮੈਨੂੰ ਕਿ ਇੰਟਰਵਿਊ ਕਦੋਂ ਹੋਵੇਗੀ ਜੋ ਆਪਣੇ ਸ਼ਾਸਨ ਜੱਜ ਜੋ ਬਠਿੰਡਾ ਦੀ ਪੀਐਨ ਤੇ ਪ੍ਰੋਸੈਸ ਸਰਵਰ ਦੀ ਤੇ ਉਹਨਾਂ ਵਾਸਤੇ ਖੁਸ਼ਖਬਰੀ ਆ ਗਈ ਹੈ ਜੋ ਨੋਟਿਸ ਆਊਟ ਕਰ ਦਿੱਤਾ ਗਿਆ ਸ਼ਡਿਊਲ ਦਾ ਤੇ ਕੀ ਸ਼ਡਿਊਲ ਸਾਰਾ ਕੀ ਕੀ ਤੁਸੀਂ ਨਾਲ ਲੈ ਕੇ ਜਾਣਾ ਤਾਂ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗਾ ਤਾਂ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਤੇ ਵੀਡੀਓ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਕਰੋ ਜਿਆਦਾ ਜਿਆਦਾ ਦੋਸਤਾਂ ਨੂੰ ਕਰ ਦਿਓ ਸ਼ੇਅਰ ਤਾਂ ਜੋ ਕਿਸੇ ਹੋਰ ਦੀ ਵੀ ਹੈਲਪ ਹੋ ਸਕੇ ਤਾਂ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਪਹਿਲਾ ਆਪਾਂ ਗੱਲ ਕਰਦੇ ਆਂ ਪੋਸਟ ਹੈਗੀ ਸੀ ਪ੍ਰੋਸੈਸ ਸਰਵਰ ਦੀ ਇਹਨ ਦਾ ਜੋ ਸ਼ਡਿਊਲ ਰੱਖਿਆ ਗਿਆ ਇੰਟਰਵਿਊ ਦਾ 2 ਮਾਰਚ 2024 ਨੂੰ ਜੋ ਕੈਂਡੀਡੇਟ ਹੈਗੇ ਨੇ A ਤੋਂ L ਤੱਕ ਰੋਲ ਨੰਬਰ ਹੈਗਾ ਜੀ 1 ਤੋਂ ਲੈ ਕੇ 1360 ਤੱਕ ਤੇ ਰੋਲ ਨੰਬਰ 2490 ਠੀਕ ਹੈ ਕੈਂਡੀਡੇਟ ਦਿੱਤੇ ਨੇ ਜਗ੍ਹਾ ਹੈਗਾ 3 ਮਾਰਚ 2022 ਨੂੰ ਜੋ ਐਮ ਤੋਂ ਜੈਡ ਕੈਂਡੀਡੇਟ ਤੇ ਰੋਲ ਨੰਬਰ ਹੈਗਾ ਜੀ 1361 ਤੋਂ 2499 ਤੇ ਰੋਲ ਨੰਬਰ 2491 ਇਹ ਦਿੱਤੇ ਕੈਂਡੀਡੇਟ ਇਹ ਕੈਂਡੀਡੇਟ ਦਿੱਤੇ ਨੇ ਸਾਰੇ ਇਹ ਪਾ ਦਾਂਗਾ ਪੀਡੀਐਫ ਆਪਣੇ ਟੈਲੀਗ੍ਰam ਗਰੁੱਪ ਵਿੱਚ ਤਾਂ ਟੈਲੀਗ੍ਰam ਗਰੁੱਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਤਾਂ ਜੁਆਇਨ ਜ਼ਰੂਰ ਕਰ ਲੋ ਜਾਰੀ ਅਗਾਂ ਪਗਾਲ ਕਰਦੇ ਹਾਂ ਸ਼ਡਿਊਲ ਜੋ ਇੰਟਰਵਿਊ ਹੋਵੇਗਾ ਪੋਸਟ ਹੈਗੀ ਸੀ ਪੀਐਨ ਦੀ ਤੇ 4 ਮਾਰਚ 2022 ਨੂੰ ਹੋਵੇਗਾ ਜੀ ਏ ਤੋਂ ਲੈ ਕੇ ਐਚ ਕੈਂਡੀਡੇਟ ਰੋਲ ਨੰਬਰ ਹੋਵੇਗਾ ਜੀ 1 ਤੋਂ 1604 ਤੇ ਰੋਲ ਨੰਬਰ 4499 ਤੇ ਅਗਾਂ 5 ਮਾਰਚ 2022 ਨੂੰ ਆਈ ਤੋਂ ਕੂ ਕੈਂਡੀਡੇਟ ਤੇ ਰੋਲ ਨੰਬਰ ਹੋਵੇਗਾ ਜੀ 1605 ਤੋਂ 3126 ਤੇ ਰੋਲ ਨੰਬਰ 4488 ਤੇ ਅਗਾਂ ਹੈਗਾ 7 ਮਾਰਚ 2022 ਨੂੰ ਆਰ ਤੋਂ ਜ਼ेड ਕੈਂਡੀਡੇਟ 31 ਰੋਲ ਨੰਬਰ ਹੈਗਾ 3127 ਤੋਂ 4487 ਤੇ ਰੋਲ ਨੰਬਰ 4490 4490 ਤੇ ਰੋਲ ਨੰਬਰ 4491 ਠੀਕ ਹੈ ਦਿੱਤੇ ਨੇ ਸਾਰੇ ਕੈਂਡੀਡੇਟ ਇਹ ਪੀਡੀਐਫ ਤੁਹਾਨੂੰ ਮਿਲ ਜਾਏਗਾ ਮੇਰੇ ਟੈਲੀਗ੍ਰam ਗਰੁੱਪ 'ਤੇ ਟੈਲੀਗ੍ਰam ਗਰੁੱਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ ਜਿੰਨਾਂ ਨੇ ਜੁਆਇਨ ਨਹੀਂ ਕੀਤਾ ਤਾਂ ਜੁਆਇਨ ਜ਼ਰੂਰ ਕਰ ਲਓ ਤੇ ਤੁਸੀਂ ਇਹਨਾਂ ਦੇ ਆਫਿਸ ਪਹੁੰਚ ਜਾਣਾ ਠੀਕ ਹੈ ਇੰਟਰਵਿਊ ਦਾ ਟਾਈਮ ਰੱਖਿਆ ਗਿਆ ਜੀ ਸਵੇਰੇ 10:00 ਵਜੇ ਤੁਸੀਂ ਇਹਨਾਂ ਦੇ ਆਫਿਸ ਵਿੱਚ ਪਹੁੰਚ ਜਾਣਾ ओरिजिनल ਡਾਕੂਮੈਂਟ ਲੈ ਕੇ ਜੋ ਫੋਟੋਕਾਪੀਆਂ ਤੇ ਜੋ ਵੀ ਹੈਗਾ ਸਾਰਾ ਕੁਝ ਲੈ ਕੇ ਤੁਸੀਂ ਇਹਨਾਂ ਦੇ ਆਫਿਸ ਵਿੱਚ ਪਹੁੰਚ ਜਾਣਾ ਤਾਂ ਇਹ ਸੀ ਆਈ ਦੀ ਜਾਣਕਾਰੀ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਡਾਊਟ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ